ਟਿਊਨਸ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ੇ ਕੁਮਾਰ ਸਵਾਗਤ ਕਰਦਾ ਤੇ ਜਿਵੇਂ ਕਿ ਮੈਂ ਵਾਅਦਾ ਕੀਤਾ ਸੀ ਤੁਹਾਨੂੰ ਰੂਬਰੂ ਕਰਾਵਾਂਗਾ ਸਾਡੇ ਅੱਜ ਦੇ ਸੈਲੀਬ੍ਰਿਟੀ ਗੈਸਟ ਦੇ ਨਾਲ ਤੇ ਸਾਡੇ ਸੈਲੀਬ੍ਰਿਟੀ ਗੈਸਟ ਜਿਹੜੇ ਕਿ ਸਿੰਗਰ ਵੀ ਨੇ ਐਕਟਰ ਵੀ ਨੇ ਰਾਈਟਰ ਵੀ ਨੇ ਤੇ ਪ੍ਰੋਡਿਊਸਰ ਵੀ ਨੇ ਆਓ ਮਿਲਦੇ ਹਾਂ ਰਵਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸਵਾਗਤ ਹੈ ਜੀ ਪੀ ਟਿਊਨਸ ਦੇ ਪੰਜਾਬੀ ਸਵੈਗ ਤੇ ਮੈਂ ਅੱਜ ਦਿਲੋਂ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਵਾਂ ਕਿ ਤੇ ਜਿਸ ਦਿਨ ਮੈਂ ਤੁਹਾਡਾ ਗਾਣਾ ਸੁਣਿਆ ਸੀ ਨਾ ਲਵਲੀ ਵਰਸਿਸ ਪੀ ਯੂ ਉਸ ਦਿਨ ਨਾ ਜੀ ਮੈਂ ਉਹ ਗਾਣਾ ਰਿਪੀਟ ਤੇ ਚੱਲ ਮਤਲਬ ਤੁਸੀਂ ਮੰਨੋਗੇ ਨਹੀਂ ਕਿ ਉਹ ਗਾਣਾ ਘੱਟੋ ਘੱਟ ਮਹੀਨਾ ਡੇਢ ਮਹੀਨਾ ਮੇਰੀ ਗੱਡੀ ਦੇ ਵਿੱਚ ਰਿਪੀਟ ਚੱਲਦਾ ਰਿਹਾ ਵਾ ਤੇ ਅੱਜ ਵੀ ਮੈਂ ਉਹਨੂੰ ਸੁਣਦਾ ਸਫ਼ਰ ਦੇ ਦੌਰਾਨ ਮੈਨੂੰ ਬਹੁਤ ਵਧੀਆ ਲੱਗਦਾ ਗਾਣਾ ਤੇ ਮੇਰੇ ਖਿਆਲ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗੂਗੇ ਜੇ ਤੁਸੀਂ ਦੋ ਲਾਈਨਾਂ ਸਾਂਝੀਆਂ ਕਰਨਗੇ ਸਾਡੇ ਨਾਲ ਜੀ ਮੈਂ ਜ਼ਰੂਰ ਸੁਣਾਵਾਂ ਵੇ ਮੈਂ ਕੁੜੀ ਬੜੇ ਉੱਚੇ ਖਾਨਦਾਨ ਦੀ ਨਾ ਮਿੱਤਰਾਂ ਦਾ ਦੁਨੀਆ ਏ ਜਾਣਦੀ ਵੇ ਮੈਂ ਮੱਖਣ ਹੋਵੇ ਮੈਂ ਮੱਖਣ ਵੇ ਮੈਂ ਮੱਖਣ ਬਣਾਈਆਂ ਵਰਗੀ ਦੁੱਧ ਵਾਂਗੂ ਜੱਟ ਕੜਦਾ ਵੇ ਮੈਂ ਲਵਲੀ ਜੀ ਲਵਲੀ ਚ ਪੜਦੀ ਪੀ ਉੱਚ ਜੱਟ ਪੜਦਾ ਕਿਆ ਬਾਤ ਹੈ ਜੀ ਆਹ ਸੀਗੇ ਸਾਡੇ ਪੀ ਯੂ ਦੇ ਜੱਟ ਸ਼ੂਟਿੰਗ ਦੇ ਦੌਰਾਨ ਬਹੁਤ ਹੀ ਮੇਰੇ ਖਿਆਲ ਤੋਂ ਹਾਸਾ ਮਖੌਲ ਰਿਹਾ ਹੋਣਾ ਕਿਉਂਕਿ ਜਦੋਂ ਆਪਾਂ ਨੋਰਮਲ ਆਪਾਂ ਸ਼ੂਟ ਵੇਖਿਆ ਵੀ ਹੈ ਉਸ ਵਿੱਚ ਵੀ ਤੁਸੀਂ ਕਾਫੀ ਹਾਸਾ ਮਖੌਲ ਕਰਦੇ ਪਏ ਹੋ ਸ਼ੂਟ ਕਰਦੇ ਹੋ ਵੀ ਤੇ ਉਹ ਬੈਕ ਸਟੇਜ ਕੈਮਰੇ 'ਤੇ ਕੋਈ ਸ਼ੂਟ ਦੀਆਂ ਦੌਰਾਨ ਦੀ ਕੁਛ ਯਾਦਾਂ ਇੱਕ ਤਾਂ ਇਹ ਜਿਹੜਾ ਸ਼ੂਟ ਹੈਗਾ ਨਾ ਇਹ ਹੈਗਾ ਮੇਰਾ ਖਿਆਲ 14 ਜਾਂ 15 ਦਸੰਬਰ ਦਾ ਸ਼ੂਟ ਹੈ ਅੱਛਾ ਜੀ ਔਰ ਬਹੁਤ ਜ਼ਿਆਦਾ ਠੰਡ ਸੀਗੀ ਉਸ ਦਿਨ ਜਦੋਂ ਅਸੀਂ ਇਹ ਸ਼ੂਟ ਕਰ ਰਹੇ ਸੀ ਔਰ ਮੈਨੂੰ ਯਾਦ ਆ ਵਾਰ ਵਾਰ ਜਿੱਥੇ ਅੱਗ ਅਸੀਂ ਬਾਹਰ ਜਾਣੀ ਹੋਈ ਸੀ ਜਿੱਥੇ ਸੈੱਟ ਲੱਗਿਆ ਹੋਇਆ ਸੀ ਉਹ ਵਾਰ ਵਾਰ ਉੱਥੇ ਜਾ ਕੇ ਖੜ੍ਹਨਾ ਪੈਂਦਾ ਸੀ ਸੋ ਕੰਬਣੀ ਛਿੜ ਰਹੀ ਸੀਗੀ ਸੋ ਬਟ ਫਿਰ ਵੀ ਇਹ ਗਾਣੇ ਦੀ ਗਰਮੀ ਇੰਨੀ ਸੀ ਜਾਂ ਹੈ ਨਾ ਇੰਨਾ ਮਾਹੌਲ ਇੰਨਾ ਅੱਛਾ ਬਣਿਆ ਹੋਇਆ ਸੀ ਸੋ ਬਟ ਸਰਦੀ ਬਹੁਤ ਜ਼ਿਆਦਾ ਸੀ ਮੈਨੂੰ ਇਹ ਯਾਦ ਆ ਕਿ ਉਸ ਦਿਨ ਸੋ ਸਾਰੀ ਟੀਮ ਹੀ ਬੜੀ ਮਤਲਬ ਠੁਰ ਠੁਰ ਕਰ ਰਹੀ ਸੀ ਕਿ ਹਰ ਬੰਦਾ ਕਹਿੰਦਾ ਜੀ ਕਦੋਂ ਸ਼ੂਟ ਰੱਖਿਆ ਭਾਅ ਜੀ ਸੋ ਬੜੇ ਔਖੇ ਸੀ ਸਾਰੇ ਠੰਡ ਤੋਂ ਬਟ ਸ਼ੂਟ ਬੜਾ ਅੱਛਾ ਹੋਇਆ ਸੀ ਔਰ ਇਹਦੇ ਵਿੱਚ ਕੁਛ ਪੋਰਸ਼ਨ ਇਹੋ ਜਿਹਾ ਵੀ ਹੈ ਜਿਹੜਾ ਕੁਛ ਕੁ ਤਾਂ ਚਲੋ ਅੰਦਰ ਦਾ ਸ਼ੂਟ ਸੀਗਾ ਜਿਹੜਾ ਸੈੱਟ ਅੰਦਰ ਲੱਗਿਆ ਸੀ ਬਟ ਕੁਛ ਕੁ ਪੋਰਸ਼ਨ ਇਹਦੇ ਵਿੱਚ ਹੈਗਾ ਜਿਹੜਾ ਉਹ ਜਿਹੜਾ ਗੱਡੀ ਚੱਲ ਰਹੀ ਆ ਨਾ ਪਿੱਛੇ ਉਹ ਕਰੋਮਾ ਲੱਗਿਆ ਹੋਇਆ ਅਤੇ ਸੋ ਉਹ ਬਾਹਰ ਦਾ ਸ਼ੂਟ ਸੀਗਾ ਤਾਂ ਉੱਥੋਂ ਫੋਗ ਪੈ ਰਹੀ ਸੀ ਉਹ ਮੈਨੂੰ ਯਾਦ ਆ ਕਿ ਬਹੁਤ ਹੀ ਜ਼ਿਆਦਾ ਠੰਡ ਅਤੇ ਤੰਗ ਬੜੇ ਹੋਏ ਅਸੀਂ ਇਸ ਸ਼ੂਟ ਪਰ ਫਾਈਨਲੀ ਜਦੋਂ ਸਾਰਿਆਂ ਨੂੰ ਪਸੰਦ ਆਇਆ ਅਤੇ ਲੋਕਾਂ ਨੇ ਇੰਜੋਏ ਕੀਤਾ ਅਤੇ ਭੁੱਲ ਜਾਂਦੀਆਂ ਸਾਰੀਆਂ ਗੱਲਾਂ ਅਤੇ ਭਾਅ ਜੀ ਨੇ ਸਿੰਗਿੰਗ ਦੇ ਨਾਲ ਨਾਲ ਨਾ ਐਕਟਿੰਗ ਦੇ ਵਿੱਚ ਵੀ ਬਹੁਤ ਨਾਂ ਕਮਾਇਆ ਹੈ ਨਾ ਜੀ ਅਤੇ ਜਿਹੜੀ ਪਿਕਚਰ ਮੇਰੇ ਦਿਲ ਦੇ ਬੜੇ ਕਰੀਬ ਹੈਗੀ ਹੈ ਜੀ ਹੈ ਨਾ ਜੀ ਡੰਗ ਡਾਕਟਰ ਜੈਲੀ ਮਤਲਬ ਇੰਨਾ ਹਾਸਾ ਉਸ ਮੂਵੀ ਦੇ ਵਿੱਚ ਹੈਗਾ ਨਾ ਜੀ ਕਿ ਸਾਰੇ ਹੱਸ ਹੱਸ ਕੇ ਨਾ ਜੀ ਲੋਟ ਪੋਟ ਹੋ ਗਏ ਸੀਗੇ ਉਸ ਮੂਵੀ ਦੇ ਦੌਰਾਨ ਇੱਕ ਡਾਇਲੋਗ ਹੋ ਜਾਵੇ ਜੀ ਕੋਈ ਵਧੀਆ ਜਿਹਾ ਤੁਹਾਨੂੰ ਚੇਤੇ ਹੋਵੇ ਉਸ ਮੂਵੀ ਦਾ ਡਾਇਲੋਗ ਤਾਂ ਖੈਰ ਮੈਨੂੰ ਥੋੜ੍ਹਾ ਜਿਹਾ ਮਾਹੌਲ ਚਾਹੀਦਾ ਹੁੰਦਾ ਨਾ ਡਾਇਲੋਗ ਬੋਲਣ ਨੂੰ ਪਰ ਇਹ ਆ ਕਿ ਉਹ ਮੂਵੀ ਮੈਂ ਹੁਣ ਵੀ ਅਸੀਂ ਹੁਣ ਵੀ ਇੱਕ ਮੂਵੀ ਹੁਣੇ ਸ਼ੂਟ ਕਰਕੇ ਹਟੇ ਹਾਂ ਉਹ ਫਸਟ ਮਾਰਚ ਨੂੰ ਰਿਲੀਜ਼ ਆ ਉਹ ਸੋ ਉਦੋਂ ਵੀ ਜਦੋਂ ਪਿੰਡਾਂ ਦੇ ਵਿੱਚ ਸ਼ੂਟ ਕਰਨ ਜਾਂਦੇ ਹਾਂ ਜਵਾਕ ਹੈ ਨਾ ਡੰਗਰ ਡਾਕਟਰ ਕਹਿ ਕੇ ਬੁਲਾਉਂਦੇ ਆ ਅੱਜ ਵੀ ਸੋ ਚੰਗਾ ਲੱਗਦਾ ਕਿ ਜਦੋਂ ਤੁਹਾਡਾ ਕੋਈ ਕਰੈਕਟਰ ਕੀਤਾ ਹੋਇਆ ਇੰਨਾ ਸਪੈਸ਼ਲੀ ਜਦੋਂ ਬੱਚੇ ਇੰਨਾ ਪਸੰਦ ਕਰਦੇ ਆ ਹੈ ਨਾ ਔਰ ਉਹ ਗਾਣਾ ਗੁਣਗੁਣਾਉਂਦੇ ਆ ਬੱਚੇ ਦੂਰ ਦੂਰ ਤੱਕ ਚਰਚੇ ਮੇਰੇ ਡੰਗਰ ਡਾਕਟਰ ਦੇ ਸੋ ਉਹ ਵਧੀਆ ਲੱਗਦਾ ਕਿ ਤੁਸੀਂ ਲੋਕਾਂ ਤੱਕ ਇੰਨੀ ਅੱਛੇ ਤਰੀਕੇ ਨਾਲ ਪਹੁੰਚ ਸਕੇ ਹੋ ਔਰ ਮੈਨੂੰ ਲੱਗਦਾ ਜੇ ਜਦੋਂ ਬੱਚੇ ਖੁਸ਼ ਹੋ ਜਾਂਦੇ ਆ ਤਾਂ ਫਿਰ ਸਾਰੇ ਹੀ ਖੁਸ਼ ਨੇ ਹੈ ਸੋ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਬੱਚੇ ਇੰਨਾ ਜ਼ਿਆਦਾ ਪਿਆਰ ਦਿੰਦੇ ਆ ਕੀ ਬਾਤ ਹੈ ਜੀ ਆਉਣ ਵਾਲੇ ਪ੍ਰੋਜੈਕਟ ਦੀ ਵੀ ਜਿਹੜੀ ਤੁਸੀਂ ਮੂਵੀ ਕਹਿੰਦੇ ਪਏ ਹੋ ਇਸ ਦੇ ਵਿੱਚ ਕੋਈ ਲੇਟੈਸਟ ਗਾਣਾ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਨਹੀਂ ਗਾਣਾ ਹਲੇ ਐਕਚੁਅਲੀ ਅਸੀਂ ਥੋੜ੍ਹਾ ਜਿਹਾ ਇਹਦਾ ਸਭ ਕੁਛ ਹੀ ਸਰਪ੍ਰਾਈਜ਼ ਰੱਖਿਆ ਹੋਇਆ ਹਾਲੇ ਤੱਕ ਟਾਈਟਲ ਵੀ ਨਹੀਂ ਅਸੀਂ ਇਹਦਾ ਡਿਸਕਲੋਜ਼ ਕੀਤਾ ਸੋ ਬਟ 3-4 ਦਿਨ ਦੇ ਵਿੱਚ ਹੀ ਅਸੀਂ ਇਹਦਾ ਫਸਟ ਪੋਸਟ ਰਿਲੀਜ਼ ਕਰ ਰਹੇ ਹਾਂ ਔਰ ਇਹ ਗੱਲ ਪੱਕੀ ਆ ਕਿ 1 ਮਾਰਚ ਨੂੰ ਇਹ ਮੂਵੀ ਥੀਏਟਰ ਦੇ ਕਿਆ ਬਾਤ ਹੈ ਅਤੇ 1 ਮਾਰਚ ਨੂੰ ਤੁਹਾਨੂੰ ਫਿਰ ਦੁਬਾਰਾ ਵੱਡੇ ਪਰਦੇ 'ਤੇ ਯਾਨੀ ਕਿ ਪੰਜਾਬੀ ਸਕਰੀਨ ਦੇ ਉੱਤੇ ਤੁਹਾਨੂੰ ਰਵਿੰਦਰ ਗਰੇਵਾਲ ਜੀ ਐਕਟਿੰਗ ਦੇ ਵਿੱਚ ਦੇਖਣ ਨੂੰ ਮਿਲਣਗੇ ਹੈ ਨਾ ਜੀ ਅਤੇ ਚਲੋ ਉਸ ਪ੍ਰੋਜੈਕਟ ਵਿੱਚ ਕੋਈ ਗਾਣਾ ਨਹੀਂ ਉਹ ਤੁਹਾਡੇ ਦਿਲ ਦੇ ਵਿੱਚ ਜੁੜਿਆ ਹੋਇਆ ਕੋਈ ਗਾਣਾ ਜੋ ਤੁਹਾਨੂੰ ਬਹੁਤ ਹੀ ਪਸੰਦ ਹੈ ਜੀ ਗਾਣੇ ਤਾਂ ਖੈਰ ਮੈਂ ਕਿਉਂਕਿ ਮੈਂ ਗਾਣੇ ਖੁਦ ਹੀ ਸਿਲੈਕਟ ਕਰਦਾ ਹੈ ਨਾ ਮੇਰੇ 'ਤੇ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਔਰ ਮੈਂ ਗਾਣਾ ਉਹ ਹੀ ਗਾਉਣਾ ਜਿਹੜਾ ਮੇਰੇ ਦਿਲ ਨੂੰ ਚੰਗਾ ਲੱਗਦਾ ਸੋ ਇਸ ਕਰਕੇ ਜਿਹੜੇ ਮੈਂ ਗਾਉਣਾ ਮੈਨੂੰ ਤਾਂ ਸਾਰੇ ਚੰਗੇ ਲੱਗਦੇ ਆ ਸੋ ਹੁਣੇ ਹੁਣੇ ਇੱਕ ਗਾਣਾ ਅਸੀਂ ਰਿਕਾਰਡ ਕੀਤਾ ਸੋ ਉਹ ਰਿਲੀਜ਼ ਕਰਨ ਲੱਗੇ ਹਾਂ ਬੜੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਦੀਆਂ ਮੈਂ ਕੁਛ ਲਾਈਨਾਂ ਤੁਹਾਨੂੰ ਸੁਣਾ ਦਿੰਦੀ ਤੂੰ ਰਿਸਰਚਾਂ ਖੇਤੀ ਦੇ ਉੱਤੇ ਕਰਦੀ ਤੂੰ ਰਿਸਰਚਾਂ ਖੇਤੀ ਦੇ ਉੱਤੇ ਕਰਦੀ ਉਹ ਜੱਟ ਖੇਤ ਵਿੱਚ ਵਾਹੁੰਦਾ ਸਵਰਾਜ ਨੀ ਉਹਨਾਂ ਸਾਡੇ ਪਿੰਡ ਮਿੰਨੀਆਂ ਨਹੀਂ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੀ
ਉਹਨਾਂ ਸਾਡੇ ਪਿੰਡ ਬੱਸਾਂ ਨਹੀਂ ਉਹ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੀ। ਤੂੰ ਰਿਸਰਚਾਂ ਖੇਤੀ ਦੇ ਉੱਤੇ ਕਰਦੀ ਜੱਟ ਖੇਤ ਵਿੱਚ ਵਾਉਂਦਾ ਸਵਰਾਜ ਨੀ। ਅੱਜ ਆ ਜਿਹੜਾ ਸਿੰਗਿੰਗ ਦਾ ਕਰੀਅਰ ਸੀਗਾ ਜੀ, ਸਿੰਗਿੰਗ ਦਾ ਕਰੀਅਰ ਬਹੁਤ ਲੰਬਾ ਸੀਗਾ ਅਤੇ ਸ਼ੁਰੂਆਤ ਜਦੋਂ ਤੁਹਾਡੀ ਹੋਈ ਉਹ ਕੁਛ ਸਾਂਝਾ ਕਰਨਾ ਚਾਹੋ ਸਾਡੇ ਨਾਲ? ਦੇਖੋ ਟਾਈਮ ਬੜਾ ਲੰਘ ਗਿਆ ਹੈ ਨਾ, ਔਰ ਬੜਾ ਅੱਛਾ ਸਫ਼ਰ ਰਿਹਾ। ਅੱਗੇ ਅੱਗੇ ਵੀ ਹਲੇ ਵੀ ਬਹੁਤ ਕੁਛ ਮਾਇੰਡ ਦੇ ਵਿੱਚ ਹੈਗਾ ਜਿਹੜਾ ਕਰਨਾ ਚਾਹੁੰਦੇ ਹਾਂ। ਔਰ ਮੈਨੂੰ ਇੱਕ ਗੱਲ ਮੈਨੂੰ ਬੜੀ ਚੰਗੀ ਲੱਗਦੀ ਆ ਜੇ ਮੈਂ ਆਪਣੇ ਕਰੀਅਰ ਦੇ ਵਿੱਚ ਦੇਖਦਾ ਕਿ ਮੈਨੂੰ ਕਿਸੇ ਗਾਣੇ ਨੇ ਜੱਫਾ ਮਾਰ ਕੇ ਨਹੀਂ ਰੱਖਿਆ ਹੈ ਨਾ। ਕਈ ਵਾਰੀ ਬੜਾ ਇਹ ਵੀ ਇੱਕ ਚਾਹੇ ਉਹਨੂੰ ਤੁਸੀਂ ਕਹਿ ਲਓ ਇੱਕ ਪੋਜ਼ਿਟਿਵ ਪੁਆਇੰਟ ਵੀ ਹੁੰਦਾ ਜਦੋਂ ਕੋਈ ਗਾਣਾ ਬਹੁਤ ਜ਼ਿਆਦਾ ਹਿੱਟ ਹੁੰਦਾ ਕਿਸੇ ਸਿੰਗਰ ਦਾ, ਬਟ ਉਹੀ ਉਹਦਾ ਨੈਗੇਟਿਵ ਪੁਆਇੰਟ ਵੀ ਬਣ ਜਾਂਦਾ ਕਿ ਉਹਦੇ ਮਗਰੋਂ ਨਹੀਂ ਲੈਂਦਾ ਫਿਰ ਸਾਰੀ ਜ਼ਿੰਦਗੀ, ਤੋ ਉਹਦੇ ਤੋਂ ਅੱਗੇ ਨਹੀਂ ਕੁਛ ਹੋ ਪਾਉਂਦਾ ਹੈ ਨਾ। ਕਿ ਕਈ ਇਹੋ ਜਿਹੇ ਬੰਦੇ ਹੈਗੇ ਆ, ਕਈ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਦਾ ਇੱਕ ਗਾਣਾ ਹਿੱਟ ਹੋ ਗਿਆ ਬਟ ਉਹ ਸਾਰੀ ਜ਼ਿੰਦਗੀ ਉਹ ਇੱਕੋ ਗੀਤ ਹੀ ਰਿਹਾ ਹੈ ਨਾ, ਉਹਨੂੰ ਉਹ ਆਪਣੇ ਨਾਲੋਂ ਲਾਹ ਨਹੀਂ ਸਕੇ, ਉਹ ਇਹੋ ਜਿਹਾ ਚਿਪਕ ਗਿਆ। ਸੋ ਮੈਂ ਸਮਝਦਾ ਕਿ ਮੇਰੀ ਇਹ ਖੁਸ਼ਕਿਸਮਤੀ ਰਹੀ ਆ ਕਿ ਜਦੋਂ ਮੇਰੀ ਪਹਿਲਾਂ ਐਲਬਮ ਆਈ ਸੀ ਗੁਲਾਬੀ ਪੱਗ ਬੰਨ ਮਿੱਤਰਾ, ਉਦੋਂ ਲੋਕਾਂ ਨੇ ਮੈਨੂੰ ਗੁਲਾਬੀ ਪੱਗ ਵਾਲਾ ਮੁੰਡਾ ਕਿਹਾ, ਫਿਰ ਟੇਢੀ ਪੱਗ ਵਾਲਾ, ਫਿਰ ਟੇਢੀ ਪੱਗ ਵਾਲਾ ਰਵਿੰਦਰ ਗਰੇਵਾਲ ਹੋ ਗਿਆ ਜਾਂ ਰੌਲਾ ਪੈ ਗਿਆ ਵਾਲਾ ਹੋ ਗਿਆ। ਫਿਰ ਅਸੀਂ ਇੱਕ ਆਮੀ ਬਾਬਾ ਨਾਨਕਾ ਇੱਕ ਧਾਰਮਿਕ ਟੇਪ ਸਾਡੀ ਹੋਈ ਸੀ ਹੈ ਨਾ, ਫਿਰ ਉਹਨੂੰ ਆਮੀ ਬਾਬਾ ਨਾਨਕਾ ਵਾਲਾ ਕਹਿ ਕੇ ਮੈਨੂੰ ਲੋਕਾਂ ਨੇ ਬੁਲਾਇਆ। ਫਿਰ ਜਿਵੇਂ ਤੁਸੀਂ ਲਵਲੀ ਪੀ ਯੂ ਦੀ ਗੱਲ ਕੀਤੀ, ਮੈਨੂੰ ਪੀ ਯੂ ਵਾਲਾ ਜੱਟ ਕਹਿ ਕੇ ਬੰਦਿਆਂ ਨੇ ਸੱਦਿਆ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਆ ਜਿਹੜੀ ਚੀਜ਼ ਹੈ ਨਾ, ਕਿ ਤੁਸੀਂ ਇਹਦੇ ਨਾਲ ਕੀ ਲੱਗਦਾ ਕਿ ਤੁਸੀਂ ਅੱਗੇ ਵੱਧ ਰਹੇ ਹੋ, ਕਿ ਪਿਛਲੀਆਂ ਚੀਜ਼ਾਂ ਤੁਸੀਂ ਛੱਡ ਰਹੇ ਹੋ, ਤੁਸੀਂ ਨਵੇਂ ਤਜ਼ਰਬੇ ਕਰਦੇ ਹੋ, ਉਹ ਚੀਜ਼ਾਂ ਤੁਹਾਡੇ ਨਾਲ ਜੁੜ ਰਹੀਆਂ। ਔਰ ਲਵਲੀ ਪੀ ਯੂ ਤੋਂ ਬਾਅਦ 'ਚ ਹੁਣ ਮੈਨੂੰ ਡੰਗਰ ਡਾਕਟਰ ਕਿਹਾ ਹੈ ਨਾ, ਜਿਵੇਂ ਪਿਛਲੇ ਸਾਲ ਹੀ ਸਾਡੀ ਇਹ ਮੂਵੀ ਰਿਲੀਜ਼ ਹੋਈ ਸੀ, ਸੋ ਹੁਣ ਮੈਨੂੰ ਜ਼ਿਆਦਾ ਬੱਚੇ ਡੰਗਰ ਡਾਕਟਰ ਆ ਗਿਆ। ਸੋ ਇਟ ਮੀਨਸ ਕਿ ਮੈਨੂੰ ਖੁਸ਼ੀ ਹੁੰਦੀ ਆ ਕਿ ਠੀਕ ਆ ਚਲੋ ਅਸੀਂ ਪਿੱਛੇ ਜੋ ਕਰ ਚੁੱਕੇ ਹਾਂ ਉਹ ਵਧੀਆ ਗੱਲ ਆ, ਬਟ ਅਸੀਂ ਅੱਗੇ ਕੁਛ ਨਵਾਂ ਕਰਦੇ ਹਾਂ ਤਾਂ ਉਹ ਤਾਂ ਹੀ ਸਾਡੇ ਨਾਲ ਜੁੜ ਰਿਹਾ ਜੇ ਉਹ ਲੋਕਾਂ ਦੇ ਵਿੱਚ ਸਟੈਬਲਿਸ਼ ਹੋ ਰਿਹਾ ਔਰ ਲੋਕ ਉਹਨੂੰ ਰਜਿਸਟਰਡ ਕਰ ਪਾ ਰਹੇ ਆ। ਸੋ ਮੈਂ ਇਹੀ ਚਾਹੁੰਦਾ ਕਿ ਅੱਗੇ ਅੱਗੇ ਵੱਧਦੇ ਰਹੀਏ ਔਰ ਜਿਹੜੀਆਂ ਨਵੀਆਂ ਚੀਜ਼ਾਂ ਆਉਣ ਉਹਦੇ ਨਾਲ ਲੋਕ ਮੈਨੂੰ ਬੁਲਾਉਣ, ਨਾ ਕਿ ਇੱਕ ਚੀਜ਼ ਜਿਹੜੀ ਕਿਤੇ 10 ਸਾਲ ਪਹਿਲਾਂ ਕਰਤੀ ਸੀ ਉਹੀ ਮੇਰੇ ਨਾਲ ਚਿਪਕੀ ਰਹੇ। ਸੋ ਇਹ ਮੈਨੂੰ ਬੜੀ ਵਧੀਆ ਗੱਲ ਮੇਰੇ ਲਈ ਮੈਨੂੰ ਲੱਗਦੀ ਹੈ ਕਿ ਚੰਗੀ ਗੱਲ ਆ ਕਿ ਅਸੀਂ ਅੱਗੇ ਨਵੀਆਂ ਨਵੀਆਂ ਗੱਲਾਂ ਕਰਦੇ ਹਾਂ ਔਰ ਉਹ ਮੇਰੇ ਨਾਲ ਦੇ ਨਾਲ ਜੁੜਦੇ ਹਨ। ਕਿਆ ਬਾਤ ਹੈ ਜੀ, ਅਤੇ ਭਾਅ ਜੀ ਨੇ ਇੱਥੇ ਮੈਸੇਜ ਵੀ ਬਹੁਤ ਵਧੀਆ ਦਿੱਤਾ ਵਾ ਕਿ ਜੇ ਤੁਹਾਨੂੰ ਸਕਸੈਸ ਮਿਲ ਗਈ ਆ ਪਰ ਉਸ ਤੋਂ ਬਾਅਦ ਵੀ ਤੁਸੀਂ ਟਰਾਈ ਕਰਦੇ ਰਹੋ ਕਿਉਂਕਿ ਹੋਰ ਬਹੁਤ ਸਕਸੈਸਾਂ ਨੇ ਜਿਹੜੀ ਤੁਹਾਡੀ ਵੇਟ ਕਰਦੀ ਪਈ ਹੈ ਨਾ ਭਾਅ ਜੀ? ਕਿਆ ਬਾਤ ਹੈ ਜੀ, ਅਤੇ ਇਸੇ ਦੇ ਨਾਲ ਭਾਅ ਜੀ ਸਪੋਰਟ ਪੂਰਾ ਕਰਦੇ ਪਏ ਹੈ ਆਪਣੇ ਹਰਿਆਣਾ ਹੈਮਬਰਸ ਨੂੰ ਅਤੇ ਪ੍ਰੋ ਰੈਸਲਿੰਗ ਲੀਗ ਸੀਜ਼ਨ 4 ਤੁਸੀਂ ਸਾਰੇ ਵੇਖਦੇ ਪਏ ਹੋ, ਕੁਛ ਸਾਡੇ ਦਰਸ਼ਕਾਂ ਨੂੰ ਪੀ ਟੀਮਸ ਵੇਖ ਰਹੇ ਪੰਜਾਬੀ ਸਵੈਗ ਵੇਖ ਰਹੇ ਦਰਸ਼ਕਾਂ ਨੂੰ ਤੁਸੀਂ ਕਹਿਣਾ ਚਾਹੋਗੇ? ਸੋ ਮੈਨੂੰ ਬੜਾ ਵਧੀਆ ਲੱਗ ਰਿਹਾ। ਸੋ ਬਾਕੀ ਮੈਂ ਇਹੀ ਕਹੂੰਗਾ ਕਿ ਇਸੇ ਤਰ੍ਹਾਂ ਜਿਹੜੀਆਂ ਅੱਛੇ ਮਿਊਜ਼ਿਕ ਨੂੰ ਤੁਸੀਂ ਸਪੋਰਟ ਕਰਦੇ ਰਹੋ, ਅੱਛੀਆਂ ਗੇਮਸ ਨੂੰ ਸਪੋਰਟ ਕਰਦੇ ਰਹੋ। ਸੋ ਖੁਸ਼ ਰਹੋ, ਆਪਣੇ ਵੱਲੋਂ ਮੈਂ ਦੁਆਵਾਂ ਦਿੰਦਾ, ਬਹੁਤ ਬਹੁਤ ਮਿਹਰਬਾਨੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਅਤੇ ਤੁਸੀਂ ਵੀ ਵੇਖਦੇ ਰਹੋ ਪੀ ਟੀ ਪੰਜਾਬੀ ਸਵੈਗ। ਧੰਨਵਾਦ ਜੀ।